ਆ ਰਿਹਾ ਹੈ ਉਹਨਾਂ ਨੇ ਹੌਸਲੇ ਵੀ ਲਗਾਤਾਰ ਬਰਕਰਾਰ ਨੇ ਪਰ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਜੋ ਰੇੜਕਾ ਹੈ ਉਹ ਲਗਾਤਾਰ ਬਰਕਰਾਰ ਹੈ ਤੇ ਮੀਟਿੰਗਾਂ ਬੇਸਿੱਟਾ ਨਿਕਲਦੀਆਂ ਜਾ ਰਹੀਆਂ ਨੇ ਅੱਜ 8ਵੇਂ ਦੌਰ ਦੀ ਮੀਟਿੰਗ ਹੋਈ ਜੋ ਉਹ ਵੀ ਬੇਸਿੱਟਾ ਨਿਕਲੀ ਤੇ ਹੁਣ ਅਗਲੀ ਮੀਟਿੰਗ 15 ਜਨਵਰੀ ਨੂੰ ਹੋਵੇਗੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਰੇੜਕਾ ਲਗਾਤਾਰ ਬਰਕਰਾਰ ਹੈ 15 ਜਨਵਰੀ ਨੂੰ ਅਗਲੀ ਮੀਟਿੰਗ ਹੋਏਗੀ ਕਿਸਾਨਾਂ ਨੇ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਮਤਲਬ ਤਖਤੀਆਂ ਦੇ ਉੱਤੇ ਮਰਾਂਗੇ ਜਾਂ ਜਿੱਤਾਂਗੇ ਦੀਆਂ ਤਖਤੀਆਂ ਉਹਨਾਂ ਨੇ ਸ਼ਾਮਲ ਕੀਤੀਆਂ ਮੀਟਿੰਗ ਦੇ ਵਿੱਚ ਰੇੜਕਾ ਹੈ ਜੋ ਉਹ ਲਗਾਤਾਰ ਬਰਕਰਾਰ ਹੈ ਮੀਟਿੰਗਾਂ ਬੇਸੀਟਾਂ ਨਿਕਲ ਰਹੀਆਂ ਨੇ ਕੋਈ ਨਤੀਜਾ ਨਹੀਂ ਹੈ ਤੇ ਸਭ ਦੀ ਨਜ਼ਰਾਂ ਟਿਕੀਆਂ ਨੇ ਆਖਰੀ ਇਸ ਮਸਲੇ ਦਾ ਹੱਲ ਕੀ ਹੋਵੇਗਾ ਤੇ ਕੇਂਦਰ ਸਰਕਾਰ ਆਪਣੀ ਤਰਕ ਤੇ ਅੜੀ ਹੋਈ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਆੜੇ ਹੋਏ ਨੇ ਤੇ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਨੇ ਅੱਜ ਦੀ ਮੀਟਿੰਗ ਫਿਰ ਬੇਸੀਟਾ ਨਿਕਲੀ 8ਵੇਂ ਦੌਰ ਦੀ ਮੀਟਿੰਗ ਅੱਜ ਕੀਤੀ ਗਈ ਮਨਜੀਤ ਜਿਸ ਤਰੀਕੇ ਨਾਲ ਦੇਖੋ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਜੋ ਕੁਝ ਚੀਜ਼ਾਂ ਬਣਨ ਰਹੀਆਂ ਨੇ 15 ਤਰੀਕ ਨੂੰ ਮੋੜ ਤੋਂ ਮੀਟਿੰਗ ਹੋਣੀ ਆ ਕਿਸਾਨ ਆਗੂਆਂ ਨੇ ਆਪਣੀ ਰਣਨੀਤੀ ਪਹਿਲਾਂ ਹੀ ਤੈਅ ਕਰ ਦਿੱਤੀ ਆ ਤੇ ਹੁਣ 15 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਆ ਇਹ ਬਹੁਤ ਮਾਇਨੇ ਰੱਖਦੀ ਆ ਹਾਲਾਂਕਿ 7 ਮਹੀਨੇ ਹੋ ਗਏ 7 ਵਾਰੀ ਪਹਿਲਾਂ ਮੀਟਿੰਗ ਹੋ ਚੁੱਕੀ ਸੀ ਲੇਕਿਨ ਅਜੇ ਤੱਕ ਕੁਝ ਨਤੀਜਾ ਨਹੀਂ ਨਿਕਲਿਆ ਅੱਜ ਮੋੜ ਤੋਂ ਜਿਹੜੀ ਆ ਉਹੀ ਸਥਿਤੀ ਬਣੀ ਆ ਹੁਣ 15 ਤਰੀਕ ਨੂੰ ਮੋੜ ਤੋਂ ਮੀਟਿੰਗ ਹੋਣੀ ਆ ਮੀਟਿੰਗ ਦੇ ਵਿੱਚ ਕੀ ਕੁਛ ਰਹੇਗਾ ਇਹ ਅਜੇ ਇਹਦੇ ਤੇ ਸਸਪੈਂਸ ਹੀ ਆ ਕਿਉਂਕਿ ਸਰਕਾਰ ਬਾਰ-ਬਾਰ ਮੀਟਿੰਗਾਂ ਬੁਲਾਰੀ ਆ ਲੇਕਿਨ ਜਿਸ ਤਰੀਕੇ ਨਾਲ ਅੱਜ ਵੀ ਕਿਸਾਨ ਉੱਥੇ ਦ੍ਰਿੜ ਸੰਕਲਪ ਦੇ ਨਾਲ ਗਏ ਹੋਏ ਸੀ ਜਿਨ੍ਹਾਂ ਨੇ ਲਿਖਿਆ ਸੀ ਆਪਣੀਆਂ ਤਖਤੀਆਂ ਜਿਹੜੀਆਂ ਮੀਟਿੰਗ ਦੇ ਵਿੱਚ ਲੈ ਕੇ ਗਏ ਸੀ ਉਹਨਾਂ ਨੇ ਉਹਨੇ ਉਹਦੇ ਉੱਤੇ ਲਿਖਿਆ ਹੋਏ ਸੀ ਕਿ ਜਾਂ ਤਾਂ ਮਰਾਂਗੇ ਜਾਂ ਜਿੱਤਾਂਗੇ ਯਾਨੀ ਦੂ ਐਂਡ ਡਾਈ ਦੀ ਸਥਿਤੀ ਵਾਲੀ ਕੰਡੀਸ਼ਨ ਇੱਥੇ ਬਣ ਗਈ ਆ ਕਿ ਹੁਣ ਸਿਰਫ ਹੱਕ ਦੀ ਗੱਲ ਹੋਵੇਗੀ ਜੇਕਰ ਮੀਟਿੰਗਾਂ ਤੋਂ ਭੱਜਣ ਵਾਲੇ ਕਿਸਾਨ ਨਹੀਂ ਨੇ ਕਿਸਾਨ ਲੀਡਰ ਰਾਜੇਂਦਰ ਦਾ ਇਹ ਕਹਿਣਾ ਕਿ ਮੀਟਿੰਗਾਂ ਤੋਂ ਅਸੀਂ ਗਲਵਾਦ ਤੋਂ ਭੱਜਣ ਵਾਲੇ ਨਹੀਂ ਤਾਂ ਕਿ ਸਰਕਾਰ ਨੂੰ ਇਹ ਨਾ ਲੱਗੇ ਕਿ ਅਸੀਂ ਜਿਹੜਾ ਗਲਵਾਦ ਕਰਨਾ ਨਹੀਂ ਚਾਹੁੰਦੇ ਜਾਂ ਕੋਈ ਹੱਲ ਕਰਨਾ ਨਹੀਂ ਚਾਹੁੰਦੇ ਲੇਕਿਨ ਹੱਲ ਸਿਰਫ ਇਹੀ ਹੈ ਕਿ ਇਹ ਕਾਨੂੰਨ ਜਿਹੜੇ ਨੇ ਵਾਪਸ ਲੈ ਲਿੱਤੇ ਜਾਣ ਕੇਂਦਰ ਸਰਕਾਰ ਵੱਲੋਂ ਇਹ ਇਹਨਾਂ ਨੂੰ ਰੱਦ ਕਰ ਦਿੱਤਾ ਜਾਵੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਤੋਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਮੀਟਿੰਗ 'ਚ ਗਏ ਹੋਏ ਸੀ ਉਹਨਾਂ ਵੱਲੋਂ ਹੋਰ ਕੋਈ ਮੰਗ ਜਿਹੜੀ ਆ ਉਹ ਨਹੀਂ ਕੀਤੀ ਗਈ ਆ ਹੁਣ 15 ਤਰੀਕ ਨੂੰ ਜਿਹੜੀ ਆ ਉਹ ਅਗਲੀ ਮੀਟਿੰਗ ਹੋਣੀ ਆ ਨਿਲਜੀ ਕੇਂਦਰ ਤੇ ਕਿਸਾਨਾਂ ਵਿਚਕਾਰ ਰੇਡ ਕਾ ਲਗਾਤਾਰ ਬਰਕਰਾਰ ਹੈ ਤੇ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਚੱਰੀ ਆ ਤੇ ਅੱਜ ਫੇਰ ਮੀਟਿੰਗ ਦਾ ਬੇ ਸਿੱਟਾ ਨਿਕਲੀ ਹੈ ਕੀ ਅਪਡੇਟ ਹੈ ਦੇਖੋ ਮਨਜੀਤ ਸਿੱਧੀ ਗੱਲ ਤੁਸੀਂ ਵੱਡੀ ਖਬਰ ਦਰਸ਼ਕਾਂ ਨੂੰ ਪਹਿਲਾਂ ਹੀ ਸਾਂਝਾ ਕਰਦੇ ਕਿ 15 ਜਨਵਰੀ ਨੂੰ ਹੁਣ ਮੀਟਿੰਗ ਹੋਏਗੀ ਜੀ ਉਸ ਤੋਂ ਪਹਿਲਾਂ ਲੋਹੜੀ ਦਾ ਤਿਉਹਾਰ ਸਰਕਾਰ ਵੀ ਚਾਹੁੰਦੀ ਹੈ ਕਿ ਹੁਣ ਕਿਸਾਨ ਜਿਹੜੇ ਨੇ ਲੋਹੜੀ ਦਾ ਤਿਉਹਾਰ ਉੱਥੇ ਵਾਰਡਰਾਂ ਤੇ ਮਨਾਉਣ ਕਿਉਂਕਿ ਇਹ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਵਾਰਡਰ ਵਾਰਡਰ ਅੱਜ ਕੱਲ ਗੱਲ ਕਹੀ ਜਾ ਰਹੀ ਤੇ ਇਹ ਸਰਕਾਰ ਨਾਲ ਵੀ ਬਹੁਤ ਸ਼ਰਮਨਾਕ ਦੀ ਗੱਲ ਆ ਕਿ ਮੁਲਕ ਦੇ ਅੰਦਰ ਵਾਰਡਰ ਬਣ ਜਾਣੇ ਉਹ ਵੀ ਉਸ ਸਰਕਾਰ ਦੇ ਵਿਲੇ ਜਿਹੜੇ ਸਰਹਾਦਾ ਤੇ ਕਹਿੰਦੇ ਸੀ ਕਿ ਅਸੀਂ ਫੌਜੀਆ ਤੇ ਰਾਜਨੀਤੀ ਨਹੀਂ ਕਰਦੇ ਜਦ ਕੋਈ ਫੌਜੀ ਜਵਾਨ ਸ਼ਹੀਦ ਹੋ ਜਾਂਦਾ ਸੀ ਲੇਕਿਨ ਅੱਜ ਦੇਖੋ ਕੰਡੀਸ਼ਨ ਕੀ ਬਣ ਗਈ ਆ 7 ਮਹੀਨੇ ਹੋ ਗਏ 7 ਵਾਰੀ ਗਲਵਾਟ ਹੋ ਗਈ ਕੇਂਦਰ ਨਾਲ 44 ਦਿਨ ਹੋ ਗਏ ਬੈਠਿਆ ਹੋਇਆਂ ਨੂੰ ਲੇਕਿਨ ਫਿਰ ਵੀ ਜਿਹੜੀ ਗੱਲਬਾਤ ਸਿਰੇ ਨਹੀਂ ਚੜ ਪਾਈ ਜੀ ਬਿਲਕੁਲ ਇਹ ਪਹਿਲੀ ਵਾਰ ਹੋ ਰਿਹਾ ਕਿ ਮੀਟਿੰਗਾਂ ਦੀ ਮੀਟਿੰਗਾਂ ਹੋ ਰਹੀਆਂ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੀ ਬਿਲਕੁਲ ਮਨਜੀਤ ਜਿਸ ਤਰੀਕੇ ਨਾਲ ਹੁਣ 44 ਦਿਨ ਹੋ ਗਏ ਨੇ 7 ਵਾਰੀ 8 ਵਾਰੀ ਮੀਟਿੰਗ ਹੋ ਚੁੱਕੀ ਹੈ 9 ਵਾਰੀ ਵੀ ਕਹਿ ਸਕਦੇ ਆ ਇੱਕ ਵਾਰੀ ਅਮਿਤ ਸਾਹਿਬ ਨਾਲ ਵੀ ਮੀਟਿੰਗ ਹੋਈ ਸੀ ਗਿਣਤੀ ਉਹ ਉਹਨਾਂ ਮੀਟਿੰਗਾਂ ਦੇ ਵਿੱਚ ਨਹੀਂ ਗਿਣੀ ਜਾਂਦੀ ਲੇਕਿਨ 9 ਵਾਰੀ ਕਹਿ ਸਕਦੇ ਆ ਔਰ ਹੋਵਰਸੀ ਲੇਕਿਨ 8 ਵਾਰੀ ਮੀਟਿੰਗ ਹੋਣਾ ਮੰਗ ਸਿਰਫ ਇੱਕੋ ਹੀ ਆ ਜੇਕਰ ਕਾਨੂੰਨ ਵਾਪਸ ਲੈ ਲੈਣ ਜਾਂ ਜੀ ਕਿਸਾਨ ਆਗੂਆਂ ਦੀ ਮੈਨੂੰ ਬਾਰ ਬਾਰ ਇੱਕ ਗੱਲ ਯਾਦ ਆਂਦੀ ਹੈ ਜੇਕਰ ਕੇਂਦਰ ਸਰਕਾਰ ਕਾਨੂੰਨਾਂ ਨੂੰ ਵਾਪਸ ਲੈ ਲਾਂਦੀ ਹੈ ਤਾਂ ਉਹਦਾ ਕੀ ਫਰਕ ਪੈ ਜਾਏਗਾ ਕੀ ਨੁਕਸਾਨ ਹੋ ਜਾਏਗਾ ਕਿਸਾਨ ਆਗੂ ਨੇ ਗੱਲ ਵੀ ਕਹੀ ਹੋਈ ਸੀ ਤੇ ਸਰਕਾਰੀ ਆਗੂਆਂ ਤੋਂ ਮੈਂ ਵੀ ਪੁੱਛਣਾ ਚਾਹਾਂਗਾ ਕੇਂਦਰ ਸਰਕਾਰ ਤੇ ਭਾਜਪਾ ਵਾਲਿਆਂ ਦੇ ਜੇਕਰ ਕਾਨੂੰਨ ਵਾਪਸ ਲੈ ਲਿੱਤੇ ਜਾਂਦੇ ਨੇ ਤਾਂ ਕੀ ਉਹਨਾਂ ਨੂੰ ਸ਼ਰਮ ਲੱਗਦੀ ਆ ਜਾਂ ਕਿੱਥੇ ਈਗੋ ਜਾਂ ਇੱਜ਼ਤ ਦਾ ਸਵਾਲ ਬਣ ਗਿਆ ਭਾਜਪਾ ਦੀ ਦਾ ਕਿ ਕਾਨੂੰਨ ਕਾਨੂੰਨ ਵਾਪਸ ਨਹੀਂ ਲੈ ਸਕਦੇ ਖੈਰ ਨਰੇਂਦਰ ਤੋਮਰ ਜਿਹੜੇ ਨੇ ਖੇਤੀਬਾੜੀ ਮੰਤਰੀ ਉਹ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਅਸੀਂ ਕਾਨੂੰਨ ਵਾਪਸ ਨਹੀਂ ਲੈ ਸਕਦੇ ਸੰਵਿਧਾਨਿਕ ਗੈਰ ਤੇ ਦੇਖੋ ਜਗਰ ਹੁਣ ਕਿਸਾਨ ਇੱਕੋ ਗੱਲ ਤੇ ਅੜੇ ਹੋਏ ਨੇ ਸਰਕਾਰ ਇੱਕੋ ਗੱਲ ਤੇ ਹਾੜੀ ਹੋਈ ਹੈ ਕਿ ਤੁਸੀਂ ਅਪਡੇਸ਼ਨ ਕਰਵਾ ਲਓ ਅਸੀਂ ਆਸ਼ਵਾਸਨ ਦੇ ਦਵਾਂਗੇ ਇਹ ਆਸ਼ਵਾਸਨ ਵਾਲਾ ਪੰਗਾ ਜਿਹੜਾ ਇਹ ਪਿਆ ਹੋਇਆ ਇਹ ਪੇਚ ਕਾਫੀ ਲੰਬਾ ਚੱਲੇਗਾ ਮੈਨੂੰ ਜਿੱਥੇ ਤੱਕ ਲੱਗ ਰਿਹਾ ਤੇ ਜਿਸ ਤਰੀਕੇ ਨਾਲ ਟਰੈਕਟਰ ਮਾਰਚ ਦਾ ਟਰੇਲਰ ਤਾਂ ਮੈਨੂੰ ਲੱਗਦਾ ਸਰਕਾਰ ਨੇ ਵੀ ਦੇਖ ਰਿਆ ਜੋ ਟ్రਾਇਲ ਹੋਇਆ ਪਿਛਲੇ ਦਿਨੀ ਤੇ ਹੁਣ ਹੋਂਦੇ ਦਿਨਾਂ ਨੂੰ ਸਰਕਾਰ ਨੂੰ ਵੀ ਆਪਣੀ ਥੋੜੀ ਜੀ ਚੌਕਸੀ ਤੇ ਫੋਰਸ ਫਾਰਸ ਮੈਨੂੰ ਲੱਗਦਾ ਵੱਧ ਬਲਾ ਲੈਣੀ ਚਾਹੀਦੀ ਆ ਕਿਉਂਕਿ ਭਾਜਪਾ ਵਾਲੇ ਦਾ ਪੰਜਾਬ ਵਾਲੇ ਪਹਿਲਾਂ ਦਿੱਲੀ ਦੇ ਡੇਰੇ ਲਾਏ ਬੈਠੇ ਨੇ ਲਗਾਤਾਰ ਬੈਠਕਾਂ ਕਰ ਰਹੇ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਭਾਜਪਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਮੈਨੂੰ ਲੱਗਦਾ ਹੁਣ ਮੁਲਖ ਭਰ ਦੇ ਵਿੱਚ ਵੀ ਹੈ ਵਿਰੋਧ ਦੀ ਸਥਿਤੀ ਜਿਹੜੀ ਉਹ ਪੈਦਾ ਹੋ ਸਕਦੀ ਆ ਕਿਉਂਕਿ ਕਿਸਾਨਾਂ ਨੇ ਕਿਹਾ ਹੁਣ ਭਾਵੇਂ ਸਾਲ ਦਾ ਲਗਜਾਣ ਉਹ ਮੁਰਨਗੇ ਤਕਨੂਨ ਰੱਦ ਕਰੋ ਕਰਵਾ ਕੇ ਉਹ ਮੁਰਨਗੇ ਤੇ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਅਗਰ ਸਾਰੇ ਕਿਸਾਨ ਇੱਥੇ ਆ ਕੇ ਬਹਿ ਗਏ ਤਾਂ ਫਿਰ ਰੋਟੀਆਂ ਕਿੱ ਇਹ ਤਾਂ ਹੈ ਨਹੀਂ ਕਿ 버거 ਪੀਜੇ ਖਾ ਲਈਏ ਉਹਨਾਂ ਨੂੰ ਵੀ ਉਹੀ ਪ੍ਰੋਡਕਸ਼ਨ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹੀ ਅਨਾਜ ਚਾਹੀਦਾ ਹੁੰਦਾ ਜਿਹਦੇ ਨਾਲ ਉਹ ਚੀਜ਼ਾਂ ਬਣਦੀਆਂ ਨੇ ਤੇ ਜੇਕਰ ਹੋਰ ਕੋਈ ਸਰਕਾਰ ਨਾਲ ਜੇਕਰ ਇੱਕ ਵਾਰੀ ਇਹਨਾਂ ਭਾਜਪਾ ਵਾਲਿਆਂ ਨੇ ਰਾਹੁਲ ਗਾਂਧੀ ਦਾ ਬਿਆਨ ਦਾ ਮਜ਼ਾਕ ਉਡਾਇਆ ਸੀ ਕਿ ਫੈਕਟਰੀਆਂ ਲਾ ਦੇਵਾਂਗੇ ਚਿਕਸ ਆਲੂ ਜਿਹੜੇ ਨੇ ਉਹ ਫੈਕਟਰੀਆਂ ਚ ਬਣਨਗੇ ਤੇ ਮੈਨੂੰ ਲੱਗਦਾ ਭਾਜਪਾ ਵਾਲੇ ਕਿੱਥੇ ਉਸ ਗੱਲ ਤੇ ਤਾਂ ਨਹੀਂ ਕਿ ਰਾਹੁਲ ਕੋਈ ਹੋ ਜੀ ਫੈਕਟਰੀ ਲਗਾ ਦੇਣਗੇ ਤੇ ਸ਼ਾਇਦ ਸੋਚਣਾ ਚਾਹੀਦਾ ਕਿ ਇਹ ਜ਼ਮੀਨ ਤੋਂ ਉੱਗਣ ਵਾਲੀਆਂ ਚੀਜ਼ਾਂ ਨੇ ਤੇ ਜ਼ਮੀਨ ਦੇ ਜਿਹੜੇ ਇੱਥੇ ਅੰਦਾ ਤਾਂ ਬੈਠੇ ਹੋਏ ਨੇ ਲਗਾਤਾਰ ਮਨਜੀਤ ਉਹ ਚੀਜ਼ਾਂ ਵੇਖਣੀਆਂ ਚਾਹੀਦੀਆਂ ਤੇ ਇਸ ਪਾਸੇ ਹੁਣ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਕਿਸਾਨ ਉੱਗਰ ਹੁੰਦੇ ਜਾ ਰਹੇ ਨੇ ਦੇਖੋ ਐਲਾਨ ਪਹਿਲਾ ਹੋਇਆ ਹੋਇਆ 13 ਤਰੀਕ ਨੂੰ ਕਿਸਾਨ ਅੰਦੋਲਨ ਦਾ ਕਿਸਾਨ ਦਿਵਸ ਇਹਨਾਂ ਨੇ ਇੱਥੇ ਮਨਾਉਣਾ ਉਸ ਤੋਂ ਬਾਅਦ 18 ਤਰੀਕ ਨੂੰ ਜਿਹੜਾ ਮਹਿਲਾ ਦਿਵਸ ਮਨਾਉਣਾ 23 ਤਰੀਕ ਨੂੰ ਸੁਭਾਸ਼ ਚੰਦਰ ਬੋਸ ਜੀ ਦੀ ਜਨਮ ਦਿਨ ਬਣਾਉਣੀ ਆ ਤੇ ਹੁਣ ਜਿਹੜੀ ਗੱਲ ਇਹ ਵੀ ਨਿਕਲ ਕੇ ਆ ਰਹੀ ਆ ਮੈਨੂੰ ਲੱਗਦਾ ਥੋੜੀ ਦੇਰ ਚ ਕਿਸਾਨ ਆਗੂਆਂ ਨੇ ਇਹ ਵੀ ਰਣਨੀਤੀ ਕਲੀਅਰ ਕਰ ਦੇਣੀ ਕਿ ਦੋ ਤਿੰਨ ਦਿਨ ਪਹਿਲਾਂ ਜਿਹੜਾ ਉਹ ਕਿਸਾਨਾਂ ਨੇ ਆਪਣੇ ਟਰੈਕਟਰ ਲੈ ਕੇ ਬਾਰਡਰਾਂ ਤੇ ਇਕੱਠੇ ਹੋ ਜਾਣਾ ਜਿਹੜੇ ਦਿੱਲੀ ਦੇ ਆਲੇ ਦੁਆਲੇ ਨੇ ਤਾਂ ਕਿ 26 ਤਰੀਕ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਉਹ ਆ ਕੇ ਉੱਥੇ ਪ੍ਰੇਡ ਚ ਡਾਇਰੈਕਟ ਸ਼ਾਮਿਲ ਹੋਈਏ ਤੇ ਉਹਨਾਂ ਨੇ ਤਾਂ ਸਿੱਧੇ ਤੌਰ ਤੇ ਕਿਹਾ ਕਿ ਇਤਿਹਾਸ ਯਾਦ ਰੱਖੇਗਾ ਕਿ ਇਹੋ ਜਿਹਾ ਅੰਦੋਲਨ ਹੋਇਆ ਸੀ ਤੇ ਮੈਨੂੰ ਲੱਗਦਾ ਕਈ ਸਾਲਾਂ ਤੱਕ ਹੁਣ ਬੀਜੇਪੀ ਵਾਲਿਆਂ ਨੂੰ ਵੀ ਇਤਿਹਾਸ ਯਾਦ ਰਹਿ ਜਾਣਾ ਕਿ ਕਿਸੇ ਨੇ ਮੋਰਚਾ ਖੋਲ੍ਹਿਆ ਸੀ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਸੀ ਤੇ ਉਹ ਕਾਨੂੰਨ ਇੰਨਾ ਕੀ ਮਹਿੰਗਾ ਪੈ ਗਿਆ ਕਿ ਮਹਿੰਗਾਈ ਤਾਂ ਜੀਜੇਪੀ ਆळ्या ਨੂੰ ਇਹਦਾ ਜਿਹੜਾ ਖਮਿਆਜਾ ਉਹ 2023-24 ਦੀਆਂ ਚੋਣਾਂ ਤੋਂ ਪਹਿਲਾਂ ਮੈਨੂੰ ਲੱਗਦਾ ਇਸ ਮੇਰੀ ਜਿਹੜੇ ਵੱਖ-ਵੱਖ ਸੂਬੇ ਨੇ ਉਹਦੇ ਵਿੱਚ ਭੁਗਤਣਾ ਪੈ ਸਕਦਾ ਕਿਉਂਕਿ ਹਰਿਆਣਾ ਦੇ ਵਿੱਚ ਦੁਵਾਰਾ ਤੋਂ ਸਰਕਾਰ ਨੇ ਯੂ-ਟਰਨ ਮਾਰਿਆ ਬੀਜੇਪੀ ਦੇ ਨੇ ਤੇ ਮੁਲਖ ਦੇ ਵਿੱਚ ਵੀ ਯੂ-ਟਰਨ ਮਾਰਿਆ ਹਰਿਆਣਾ ਖੇਤੀਵਾਰੀ ਸੂਬਾ ਕਿਸਾਨੀ ਸੂਬਾ ਪੰਜਾਬ ਕਿਸਾਨੀ ਸੂਬਾ ਹਾਲਾਂਕਿ ਕੈਪਟਨ ਦੀ ਸਰਕਾਰ ਇੱਥੇ ਆ ਤੇ ਕਿੱਥੇ ਨਾ ਕਿੱਥੇ ਭਾਜਪਾ ਵਾਲੇ ਜਿਹੜੇ ਨੇ ਅੰਦਰ ਅੰਦਰ ਖਾਤੇ ਜੀ ਕਰ ਮੈਂ ਗੱਲ ਕਰਾਂ ਮਾੜੀ ਲੱਗੇਗੀ ਲੇਕਿਨ ਭਾਜਪਾ ਵਾਲੇ ਇਸ ਵਕਤ ਜਿਹੜਾ ਕੁਛ ਇੱਕ ਸੂਬਿਆਂ ਚ ਜਿਹੜੇ ਕਿਸਾਨੀ ਸੂਬੇ ਨੇ ਆਪਣਾ ਬਹੁਤ ਨੁਕਸਾਨ ਕਰਵਾ ਰਹੇ ਨੇ ਸੀਟਾਂ ਲੈਣੀਆਂ ਮੁਸ਼ਕਲ ਹੋ ਜਾਣੀਆਂ ਜਿਸ ਤਰੀਕੇ ਨਾਲ ਖੈਰ ਚੰਡੀਗੜ੍ਹ ਦੇ ਵਿੱਚ ਮੇਅਰ ਇਲੈਕਸ਼ਨ ਸੀਗੇ ਭਾਜਪਾ ਵਾਲੇ ਜਿੱਤ ਗਏ ਬਿਹਾਰ ਇਲੈਕਸ਼ਨ ਜਿੱਤ ਗਏ ਤੇ ਮੈਨੂੰ ਲੱਗਦਾ ਉਹਨਾਂ ਨੂੰ ਤਾਂ ਹੀ ਥੋੜਾ ਜਿਹਾ ਖੁਸ਼ੀ ਤੇ ਉਹਨਾਂ ਨੂੰ ਜਿਹੜਾ ਜੋਸ਼ ਮਿਲਦਾ ਕਿ ਸਾਡਾ ਜਿਹੜਾ ਇਸ ਤਰੀਕੇ ਨਾਲ ਵਿਰੋਧ ਹੋ ਰਿਹਾ ਖੈਰ ਕੋਈ ਨਹੀਂ ਮੌਸਮ ਬਦਲ ਜਾਂਦੇ ਨੇ ਰਾਜਨੀਤੀ ਦੇ ਲੇਕਿਨ ਜਿਹੜੀ ਇਹ ਜਨਤਾ ਇਹ ਜਨਾਰਦਨ ਹੁੰਦੀ ਹੈ ਭੁੱਲਦੀ ਕੁਛ ਨਹੀਂ ਆ ਕਨਫਿਊਜ਼ ਐਂਡ ਰੋਲ ਦੀ ਜਿਹੜੀ ਇੱਕ ਸਥਿਤੀ ਬਣੀ ਹੋਈ ਆ ਮੁਲਖ ਚ ਉਹ ਮੈਨੂੰ ਲੱਗਦਾ ਕਿਥੇ ਨਾ ਕਿਥੇ ਸਰਕਾਰ ਨੂੰ ਬਦਲਨੀ ਚਾਹੀਦੀ ਆ ਲੋਕਾਂ ਵਾਲੇ ਪਾਸੇ ਸੋਚਣਾ ਚਾਹੀਦਾ ਮਨਜੀਤ ਜਿਹੜੀਆਂ ਚੀਜ਼ਾਂ ਇਸ ਵਕਤ ਨਿਕਲ ਕੇ ਆ ਰਹੀਆਂ ਨੇ ਸામਣੇ ਉਹ 15 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਆ ਉਹ ਮੁੜ ਤੋਂ ਬੇਸਿੱਟਾ ਰਹਿਣੀ ਆ ਕਿਉਂਕਿ ਸਰਕਾਰ ਮੈਨੂੰ ਲੱਗਦਾ ਚਾਹੁੰਦੀ ਨਹੀਂ ਕਿ ਹੁਣ ਹੱਲ ਹੋਵੇ ਜੇਕਰ ਹੱਲ ਕਰਨ ਦੀ ਉਹ ਗੱਲਬਾਤ ਵਿੱਚ ਹੁੰਦੀ ਤਾਂ ਅੱਜ ਤੱਕ ਕੋਈ ਨਾ ਕੋਈ ਮਸਲਾ ਹੁੰਦਾ ਆਸ਼ਵਾਸਨ ਦੀ ਗੱਲਾਂ ਨਹੀਂ ਕਹਿੰਦੀ ਜਿਵੇਂ ਜੇ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਦੇ ਵਿੱਚ ਮੌਨ ਵਰਤ ਵੀ ਧਾਰਿਆ ਗਿਆ ਸੀ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਮੌਨ ਵਰਤ ਤਾਂ ਉਹਨਾਂ ਨੇ ਕੀਤਾ ਨਾ ਜਦ ਗਲਬਾਤ ਨੂੰ ਜਦ ਉਹਨਾਂ ਨੇ ਗੱਲ ਹੀ ਇੱਕ ਕਹਿਣੀ ਆ ਕਿ ਕਾਨੂੰਨ ਵਾਪਸ ਲਓ ਉਸ ਤੋਂ ਬਾਅਦ ਕੋਈ ਗੱਲ ਬਣਦਾ ਜੇਕਰ ਹੁਣ ਅਸੀਂ ਕਿਸੇ ਦੇ ਦਰਵਾਜ਼ੇ ਜਾ ਕੇ ਬਹਿ ਗਏ ਨੇ ਜਦ ਅਸੀਂ ਕਿਸੇ ਨੂੰ ਕਹਿਣਾ ਜੇਕਰ ਅਸੀਂ ਕਿਸੇ ਲਾਲੇ ਕੋਲ ਹੀ ਜਾਣਿਆ ਉਹਨੂੰ ਕਹਿੰਨੇ ਬਈ ਚੀਨੀ ਦੇ ਦੇ 1 ਕਿਲੋ ਤਾਂ ਉਹ ਇਹ ਤਾਂ ਨਹੀਂ ਪੁੱਛਦਾ ਕਿ ਹਾਂ ਬਈ ਇਹਦੇ ਵਿੱਚ ਕਿੰਨੇ ਦਾਣੇ ਪਾਵਾਂ ਜਾਂ ਉਹਨਾਂ ਦਾਣਿਆਂ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ ਉਹੀ ਗੱਲ ਇੱਥੇ ਇਹ ਹੋ ਰਹੀ ਆ ਕਿ ਸਰਕਾਰ ਤੋਂ ਇੱਕੋ ਮੰਗ ਕਿਸਾਨ ਕਰ ਰਹੇ ਨੇ ਕਿ ਕਦੂਰ ਵਾਪਸ ਲਾਓ ਇਹਨਾਂ ਕਾਨੂੰਨਾਂ ਨੂੰ ਰੱਦ ਕਰੋ ਤਾਂ ਫਿਰ ਹੋਰ ਬੋਲਣਗੇ ਕੀ ਮੋਨ ਤੇ ਉਹਨਾਂ ਨੇ ਰਹਿਣਾ ਹੀ ਆ ਅਜੇ ਤਾਂ ਉਹ ਵਿਚਾਰੇ ਗੱਲਾਂ ਬਾਤਾਂ ਰਾਹੀਂ ਮੋਰਤੋਂ ਤਿਆਰ ਨੇ ਗਲਵਾਤ ਤਾਂ ਕਿ ਸਰਕਾਰ ਨੂੰ ਤੇ ਜਨਤਾ ਨੂੰ ਇਹ ਨਾ ਲੱਗੇ ਜਾਂ ਜੋ ਲੋਕ ਉਹਨਾਂ ਨਾਲ ਖੜੇ ਨੇ ਕਿਸਾਨਾਂ ਆਗੂਆਂ ਨਾਲ ਹੀ ਇੱਕ ਜੋ ਕਿਸਾਨ ਹੈ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਇਹ ਨਾ ਲੱਗੇ ਕਿ ਇਹ ਗਲਵਾਤ ਤੋਂ ਭਜਰੇ ਨੇ ਸਰਕਾਰ ਜਾਂ ਸਰਕਾਰ ਤੱਕ ਖੈਰ ਕੀ ਕਹਿੰਦੀ ਆ ਕੁਛ ਇੱਕ ਹੁੰਦੇ ਨੁਮਾਇੰਦੇ ਇਹੋ ਜੇ ਕਹਿੰਦੇ ਕਿ ਉਹ ਭਜਰੇ ਨੇ ਗਲਵਾਤ ਤੋਂ ਕਲਵਾਤ ਤੋਂ ਉਹਨਾਂ ਨੇ ਕਿਸ ਗੱਲ ਤੋਂ ਭਜਣਾ ਜੀ ਲੱਗਦਾ ਸੁਨੀਲ ਟਰੈਕਟਰ ਮਾਰਚ ਨਾਲ ਕੋਈ ਹੱਲ ਨਿਕਲੇਗਾ ਦੇਖੋ ਟਰੈਕਟਰ ਮਾਰਚ ਤਾਂ ਹੋ ਗਿਆ ਹੁਣ ਤਾਂ ਗਣਤੰਤਰ ਤੇ ਸਿੱਧੀ ਫਰੇਡ ਹੀ ਹੋਣੀ ਆ ਫਰੇਡ ਤੋਂ ਪਹਿਲਾਂ ਜੇਕਰ ਕੋਈ ਸਰਕਾਰ ਦਾ ਮੋੜ ਬਦਲੇ ਜਾਂ ਏ ਕੋਈ ਇਹੋ ਜਿਹਾ ਪਲ ਆਵੇ ਕਿ ਮੋਦੀ ਸਾਹਿਬ ਦਾ ਜਾਂ ਖੇਤੀਬਾੜੀ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਕਿ ਜੀ ਇਹ ਕਾਨੂੰਨ ਵਾਪਸ ਨੇ ਆ ਜਾ ਸਕਦਾ ਗੈਰ ਸੰਵਿਧਾਨਿਕ ਹੋ ਜਾਣਾ ਜੇਕਰ ਸੇ ਇੱਕ ਕਾਨੂੰਨ ਵਾਪਸ ਲੈ ਲਿਆ ਸੰਵਿਧਾਨ ਇਹਦੀ ਇਜਾਜ਼ਤ ਨਹੀਂ ਦਿੰਦਾ ਤੇ ਇਜਾਜ਼ਤ ਨੂੰ ਲੈ ਕੇ ਤਾਂ ਰਾਜ ਸਭਾ ਦੇ ਵਿੱਚ ਕਿਸ ਤਰੀਕੇ ਨਾਲ ਬਿਲ ਪਾਸ ਹੋਇਆ ਸੀ ਵਿਰੋਧੀਆਂ ਨੇ ਵੀ ਸਵਾਲ ਚੱਕੇ ਸੀ ਖੈਰ ਬਹੁਮਤ ਦੇ ਵਿੱਚ ਜਿਹੜੀ ਆ ਉਹ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਆ ਕੁਝ ਵੀ ਕਰ ਸਕਦੀ ਹੈ ਬਿੱਲ ਲਿਆ ਕੇ ਲੇਕਿਨ ਬਿੱਲ ਜਿਹੜਾ ਲਿਆਂਦਾ ਗਿਆ ਠੀਕ ਆ ਸਰਕਾਰ ਜਿਹੜੇ ਬਿੱਲ ਆਂਦੇ ਨੇ ਅਸੀਂ ਉਹਨਾਂ ਦੇ ਖਿਲਾਫ ਨਹੀਂ ਲੇਕਿਨ ਕਿਸਾਨਾਂ ਦੀ ਗੱਲ ਵੀ ਤਾਂ ਸੁਣਾਓ ਜਗਰ ਪਹਿਲਾ ਤਾਂ ਗੱਲਾਂ ਇਹ ਜਦ ਅੰਦੋਲਨ ਚੱਲੇ ਸੀ ਮਨਜੀਤ ਕਿ ਕਿਸਾਨ ਪੜੇ ਲਿਖੇ ਨਹੀਂ ਹੈਗੇ ਉਹਨਾਂ ਨੂੰ ਰਾਜਨੀਤਿਕ ਪਾਰਟੀਆਂ ਗੁੰਮਰਾਹ ਕਰ ਰਹੀਆਂ ਨੇ ਜਦ ਅਸੀਂ ਉੱਥੇ ਤਰਨੇ ਤੇ ਜਾ ਕੇ ਗਰਾਊਂਡ ਜ਼ੀਰੋ ਤੇ ਵੇਖਿਆ ਤਾਂ ਕਿਸਾਨ ਤਾਂ ਇੰਨੀ ਫਰਾਟੇ ਯਾਰ ਅੰਗਰੇਜ਼ੀ ਬੋਲਦੇ ਨੇ ਕਿ ਮੈਨੂੰ ਲੱਗਦਾ ਕਿ ਅੱਜ ਕੱਲ ਦੇ ਆਇਲ ਸਕੋਚਿੰਗ ਸੈਂਟਰ ਵਾਲੇ ਉਹੋ ਜਿਹੇ ਕੰਪੀਟੀਸ਼ਨ ਜਾਂ ਮੈਨੂੰ ਲੱਗਦਾ ਜੀ ਉਹ ਸਿਨੋਮਿਨਸ ਜਿਹੜੇ ਨੇ ਉਹ ਟ੍ਰਾਂਸਲੇਟ ਜਾਂ ਡਿਕਸ਼ਨਰੀ ਚ ਲੱਭਣ ਇਹੋ ਜਿਹੇ ਸਪੈਲੈਂਸ ਤੇ ਇਹੋ ਜਿਹੇ ਅਲਫਾਬੈਟ ਜਿਹੜੀਆਂ ਨੇ ਕਾਫੀ ਵੇਖਣ ਵਾਲੀਆਂ ਨੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿ ਲੋਹੜੀ ਤੋਂ ਪਹਿਲਾਂ ਹਲ ਕੱਢ ਲਵੇ ਜਾਂ 15 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਆ ਉਹਦੇ 'ਚ ਹਲ ਕੱਢ ਲਵੇ ਜੇਕਰ 26 ਤਰੀਕ ਨੂੰ ਫਿਰ ਚਾਂਕੀਆਂ ਦੇ ਵਿੱਚ ਕਿਸਾਨਾਂ ਦੀ ਚਾਂਕੀ ਵੀ ਵੇਖਣੀ ਆ ਤਾਂ ਉਹਦਾ ਇੰਤਜ਼ਾਰ ਕਰ ਲਵੇ ਕਿਉਂਕਿ ਇਹਨਾਂ ਨੇ ਟ੍ਰੇਲਰ ਤਾਂ ਟ੍ਰਾਇਲ ਤਾਂ ਦੱਸ ਹੀ ਦਿੱਤਾ ਹੁਣ ਫਿਲਮ ਜਿਹੜੀ ਆ ਇਹਨਾਂ ਨੇ 26 ਤਰੀਕ ਨੂੰ ਮੰਨਜੀ ਦੱਸ ਹੀ ਦੇਣੀ ਆ ਜੀ ਥੈਂਕ ਯੂ ਥੈਂਕ ਯੂ ਸੁਨੀਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਨੂੰ ਪੂਰੀ ਜਾਣਕਾਰੀ ਦੇ ਲਈ ਧੰਨਵਾਦ ਜੀ ਹੁਣ ਦੇ ਲਈ ਫਿਲਹਾਲ ਇੰਨਾ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ ਇਹ ਜ਼ਰੂਰ ਜਾਓ ਮੀਟਿੰਗ ਸੋ